ਹਸਪਤਾਲ ਤੋਂ ਭੱਜਿਆ ਕਰੋਨਾ ਦਾ ਸ਼ੱਕੀ ਮਰੀਜ਼ ਕਾਬੂ। ਖਰੜ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼ ਬੀਤੀ ਰਾਤ ਅਚਾਨਕ ਹਸਪਤਾਲ ਤੋਂ ਫਰਾਰ ਹੋ ਗਿਆ। ਬਲਦੇਵ ਸਿੰਘ ਨਾਮ ਦੇ ਇਸ ਵਿਅਕਤੀ ਜੋ ਜਲਾਲਾਬਾਦ ਦਾ ਵਸਨੀਕ ਹੈ, ਪੁਲਿਸ ਵੱਲੋਂ ਬੀਤੀ ਸ਼ਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਿਵਲ ਹਸਪਤਾਲ ਦੇ SMO ਸ਼੍ਰੀ ਤਰਸੇਮ ਸਿੰਘ ਨੇ ਦੱਸਿਆ ਕਿ ਪਰਸੋਂ ਰਾਤ ਨੂੰ ਸਾਡੇ ਕੋਲ ਕੁਰਾਲੀ ਇਲਾਕੇ ਦੇ ਵਿੱਚੋਂ ਲੈ ਕੇ ਆਉਂਦਾ ਸੀ ਜੀ ਐਂਬੂਲੈਂਸ ਕੁਰਾਲੀ ਦੀ ਹੋਸਪਿਟਲ ਦੀ, ਉਹ ਸਾਡੇ ਕੋਲ ਛੱਡ ਕੇ ਗਏ। ਅਸੀਂ ਉਹਨੂੰ ਐਡਮਿਟ ਕੀਤਾ ਹੈ, ਉਹਦਾ ਨਾਮ ਬਲਦੇਵ ਸਿੰਘ ਹੈ ਅਤੇ ਉਹ ਤਕਰੀਬਨ 40-45 ਸਾਲ ਉਹਦੀ ਉਮਰ ਹੈਗੀ ਹੈ ਅਤੇ ਉਹ ਆਪਣੇ ਆਪ ਬਾਰੇ ਬਾਹਲਾ ਕੁਝ ਦੱਸਦਾ ਨਹੀਂ ਹੈਗਾ ਅਤੇ ਇੱਕ ਅਨਨੋਨ ਜਿਹਾ ਪੇਸ਼ੈਂਟ ਹੈ ਜਿਸਦਾ ਕੋਈ ਐਡਰੈਸ ਦੇ ਬਾਰੇ ਵਿੱਚ ਵੀ ਕੋਈ ਪਤਾ ਨਹੀਂ ਸੀ ਲੱਗਦਾ ਵੀ ਇਹ ਕਿੱਥੋਂ ਦਾ ਰਹਿਣ ਵਾਲਾ ਕੌਣ ਹੈ ਅਤੇ ਪਰ ਅਸੀਂ ਉਹਨੂੰ ਸ਼ੱਕੀ ਹਾਲਤ ਦੇ ਵਿੱਚ ਇੱਥੇ ਆਪਣੇ ਕੋਲ ਆਈਸੋਲੇਸ਼ਨ ਵਾਰਡ ਦੇ ਵਿੱਚ ਐਡਮਿਟ ਕੀਤਾ ਅਤੇ ਉਹ ਠੀਕ ਠਾਕ ਆ। ਉਹਦਾ ਕੱਲ੍ਹ ਅਸੀਂ ਉਹਦੇ ਸੈਂਪਲ ਲੈ ਕੇ PGA ਭੇਜੇ ਹੈਗੇ ਨੇ ਅਤੇ ਉਹ ਕੱਲ੍ਹ ਸ਼ਾਮ ਨੂੰ ਤਕਰੀਬਨ 8 ਵਜੇ ਉਹ ਵਾਰਡ ਦੇ ਖਿੜਕੀ ਦੇ ਵਿੱਚੋਂ ਨਿਕਲ ਕੇ ਅਤੇ ਉਹ ਬਿਨਾਂ ਜਿਹਣੀ ਦੱਸੇ ਬਿਨਾਂ ਇਜਾਜ਼ਤ ਤੋਂ ਬਾਹਰ ਚਲ ਗਿਆ ਸੀ। ਸਾਨੂੰ ਬੜੀ ਉਹਦੀ ਫਿਕਰ ਹੋਈ ਅਤੇ ਅਸੀਂ SHO ਸਾਹਿਬ ਨੂੰ ਇਹਦੇ ਬਾਰੇ ਦੱਸਿਆ ਅਤੇ ਹਾਇਰ ਅਥੋਰਟੀ ਨੂੰ ਦੱਸਿਆ ਅਤੇ SHO ਸਾਹਿਬ ਨੇ ਸਾਰੇ ਨਾਕਿਆਂ 'ਤੇ ਉਹਨਾਂ ਨੂੰ ਹਦਾਇਤਾਂ ਕੀਤੀਆਂ ਵੀ ਅਜਿਹਾ ਬੰਦਾ ਅਸੀਂ ਉਹਦੀ ਫੋਟੋ ਵੀ ਦਿੱਤੀ ਸੀਗੀ ਵੀ ਇਹਨੂੰ ਲੱਭਿਆ ਜਾਵੇ, ਪਰ ਉਹ ਘੰਟੇ ਕੁ ਬਾਅਦ ਹੀ ਸਾਡੇ ਜਿਹੜੇ ਮੁਲਾਜ਼ਮ ਉਹ ਥਾਣੇ ਗਏ ਸੀ ਕੋਈ ਪਰਚਾ ਦੇਣ। ਉਹਨਾਂ ਨੇ ਦੇਖਿਆ ਵੀ ਇੱਕ ਬੰਦਾ ਇੱਦਾਂ ਸ਼ੱਕੀ ਹਾਲਤ ਵਿੱਚ ਬੱਸ ਸਟੈਂਡ 'ਤੇ ਬੈਠਾ ਅਤੇ ਉਹਨਾਂ ਨੇ ਉਹਨੂੰ ਦੇਖਿਆ ਅਤੇ ਉਹ ਫਿਰ ਪੁਲਿਸ ਦੀ ਮਦਦ ਦੇ ਨਾਲ ਉਹਨੂੰ ਦੁਬਾਰਾ ਹੋਸਪਿਟਲ ਲਿਆ ਕੇ ਵਾਰਡ ਦੇ ਵਿੱਚ ਰੱਖਿਆ ਗਿਆ। ਥਾਣਾ ਖਰੜ ਸਿਟੀ ਦੇ SHO ਸ਼੍ਰੀ ਭਗਵੰਤ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਕਮਜ਼ੋਰ ਮਾਨਸਿਕ ਸਥਿਤੀ ਵਿੱਚ ਪੁਲਿਸ ਪਾਰਟੀ ਨੂੰ ਮਿਲਿਆ ਸੀ ਅਤੇ ਪੁਲਿਸ ਵੱਲੋਂ ਉਸਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਹਨਾਂ ਦੱਸਿਆ ਇੱਕ ਬਲਦੇਵ ਸਿੰਘ ਨਾਂ ਦਾ ਪੇਸ਼ੈਂਟ ਸੀਗਾ, ਇਹ ਸਸਪੈਕਟ ਸੀ। ਇਹਦੇ ਕੱਲ੍ਹ ਸੈਂਪਲ ਲਏ ਸੀ ਸਿਵਲ ਹਸਪਤਾਲ ਖਰੜ ਵੱਲੋਂ, ਅੱਗੇ ਐਨਾਲਿਸਿਸ ਕਰਨ ਲਈ PGA ਭੇਜੇ ਵੀ, ਰਿਜ਼ਲਟ ਅਜੇ ਆਉਣਾ ਬਾਕੀ ਹੈ ਅਤੇ ਇਹਨੂੰ ਪਰਸੋਂ ਰਾਤ ਦਾਖਲ ਕਰਾਇਆ ਗਿਆ ਸੀਗਾ। ਕੱਲ੍ਹ ਸ਼ਾਮ ਨੂੰ ਇਹ 8 ਵਜੇ ਦੇ ਕਰੀਬ ਹੋਸਪਿਟਲ ਤੋਂ ਸਲਿੱਪ ਹੋ ਗਿਆ ਸੀਗਾ ਅਤੇ ਡਿਊਟੀ ਡਾਕਟਰ ਵੱਲੋਂ ਸਾਨੂੰ 9 ਵਜੇ ਲਿਖਤੀ ਤੌਰ 'ਤੇ ਇੰਟੀਮੇਸ਼ਨ ਦਿੱਤੀ ਗਈ ਸੀਗੀ ਅਤੇ ਅਸੀਂ ਆਪਣੀਆਂ ਪੈਟਰੋਲਿੰਗ ਪਾਰਟੀਆਂ ਨੂੰ ਇਹਦੀ ਫੋਟੋ ਅਤੇ ਹੋਲੀਆ ਵਗੈਰਾ ਸਰਕੂਲੇਟ ਕਰਤਾ ਸੀ ਅਤੇ ਸਾਡੀ ਪੈਟਰੋਲਿੰਗ ਪਾਰਟੀ ਨੂੰ ਬੱਸ ਸਟੈਂਡ ਦੇ ਲਾਗੇ ਤੋਂ ਹੀ ਮਿਲ ਗਿਆ ਸੀਗਾ ਅਤੇ ਅਸੀਂ ਫਿਰ ਸੰਬੰਧਿਤ ਡਾਕਟਰ ਨੂੰ ਮੌਕੇ 'ਤੇ ਮੈਡੀਕਲ ਟੀਮ ਬੁਲਾ ਕੇ ਉਹਨਾਂ ਦੇ ਹੈਂਡਓਵਰ ਕਰਕੇ ਦੁਬਾਰਾ ਹੋਸਪਿਟਲ ਦਾਖਲ ਕਰਾ ਦਿੱਤਾ ਗਿਆ। ਅਤੇ ਕੀ ਹਜੇ ਉਹਦੀ ਰਿਪੋਰਟ ਆਉਣੀ ਹੈ ਜੀ ਸਰ? ਹਾਂ, ਅਜੇ ਤੱਕ ਉਹਦੀ ਰਿਪੋਰਟ ਨਹੀਂ ਆਈ ਹੈ। ਸਸਪੈਕਟ ਸੀਗਾ ਅਤੇ ਜਦੋਂ ਉਹਦੇ ਸੈਂਪਲ ਵਗੈਰਾ ਲਏ ਆ ਉਹਨਾਂ ਇਹ ਥੋੜ੍ਹਾ ਜਿਹਾ ਇਹ ਮਾਨਸਿਕ ਤੌਰ 'ਤੇ ਵੀ ਤੰਦਰੁਸਤ ਨਹੀਂ ਹੈ, ਇਹਨੂੰ ਇਹ ਡਾਊਟ ਲੱਗਿਆ ਵੀ ਸ਼ਾਇਦ ਮੇਰੀ ਰਿਪੋਰਟ ਜਿਹੜੀ ਆ ਉਹ ਗਲਤ ਨਾ ਹੋਵੇ, ਤਾਂ ਇਹ ਸ਼ੱਕ ਦੇ ਬਿਨਾਂ ਚੱਲ ਗਿਆ ਸੀ। ਦੁਬਾਰਾ ਇਹਨੂੰ ਦਾਖਲ ਕਰਾਤਾ। ਬਲਦੇਵ ਸਿੰਘ ਦਾ ਨਾਂ ਹੈਗਾ ਅਤੇ ਜਲਾਲਾਬਾਦ ਤਹਿਸੀਲ 'ਚ ਇਹਦਾ ਪਿੰਡ ਪੈਂਦਾ, ਫਾਜ਼ਿਲਕਾ ਡਿਸਟ੍ਰਿਕਟ ਹੈਗਾ। ਇਸੇ ਦੌਰਾਨ ਖਰੜ ਪੁਲਿਸ ਨੇ ਖਰੜ ਵਿੱਚ ਨਸ਼ੇ ਦੀਆਂ ਗੋਲੀਆਂ ਵੇਚਣ ਦੇ ਦੋਸ਼ ਵਿੱਚ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਖਰੜ ਦੇ ਸਿਟੀ ਥਾਣਾ ਦੇ SHO ਸ਼੍ਰੀ ਭਗਵੰਤ ਸਿੰਘ ਨੇ ਦੱਸਿਆ ਕਿ ਇਹਨਾਂ ਦੋਨਾਂ ਵਿਅਕਤੀਆਂ ਨੂੰ ਪੁਲਿਸ ਪਾਰਟੀ ਵੱਲੋਂ ਚੈਕਿੰਗ ਦੌਰਾਨ ਕਾਬੂ ਕੀਤਾ ਗਿਆ। ਉਹਨਾਂ ਦੱਸਿਆ ਇਹ ਕੱਲ੍ਹ 2 ਨੌਜਵਾਨ ਲੜਕੇ ਸੀਗੇ, ਮੋਟਰਸਾਈਕਲ 'ਤੇ ਘੁੰਮਦੇ ਸੀਗੇ, ਇਹਨਾਂ ਨੂੰ ਸ਼ੱਕ ਦੇ ਬਿਨਾਂ 'ਤੇ ਫੜਿਆ ਗਿਆ ਅਤੇ ਜਦੋਂ ਇਹਨਾਂ 'ਤੇ ਪੁੱਛਗਿੱਛ ਕੀਤੀ ਹੈ, ਇੱਕ ਨੇ ਨਾਂ ਆਪਣਾ ਸੁਨੀਲ ਕੁਮਾਰ ਦੱਸਿਆ ਜੋ ਕਿ ਪੰਜਾਬ ਕੈਮਿਸਟ ਮੈਡੀਕਲ ਸਟੋਰ ਦੇ ਨਾਂ 'ਤੇ ਮੁੰਡੀ ਖਰੜ ਵਿਖੇ ਮੈਡੀਕਲ ਦਾ ਸਟੋਰ ਕਰਦਾ ਅਤੇ ਜਿਹੜਾ ਦੂਸਰਾ ਨਾਂ ਸੀਗਾ ਮਨਜੀਤ ਸਿੰਘ ਉਹ DH ਦੇ ਨਾਂ 'ਤੇ ਕੈਮਿਸਟ ਦੀ ਦੁਕਾਨ ਚਲਾਉਂਦਾ ਮੁੰਡੀ ਖਰੜ 'ਚ। ਇਹਨਾਂ ਕੋਲੋਂ ਦੋਨਾਂ ਕੋਲੋਂ ਇਤਰਾਜ਼ਯੋਗ ਜਿਹੜੀਆਂ ਗੋਲੀਆਂ ਸੀ ਟਰਾਮੋਡਿਲ 170 ਟੈਬਲੇਟਸ ਮਿਲੀਆਂ ਹੈਗੀਆਂ, ਇਹ ਨਸ਼ਿਆਂ ਇਹਨੂੰ ਵੇਚਦੇ ਸੀ। ਇਹਦੇ ਨਾਲ ਹੋਰ ਕੀ ਆ ਪਲੱਸ ਡਰੱਗ ਮਨੀ 4500 ਰੁਪਇਆ ਜਿਹੜੇ ਇਹਨੇ ਲੋਕਾਂ ਨੂੰ ਵੇਚੇ ਸੀ ਘੁੰਮ ਫਿਰ ਕੇ, ਅਤੇ ਉਹਦੇ ਵਿੱਚ ਦੋਨਾਂ ਨੂੰ ਕਾਬੂ ਕੀਤਾ ਗਿਆ। ਮੈਡੀਕਲ ਸਟੋਰ ਦਾ ਇਹਨਾਂ ਕੋਲ ਲਾਇਸੈਂਸ ਜ਼ਰੂਰ ਹੈਗਾ, ਲੇਕਿਨ ਇਹ ਘੁੰਮ ਫਿਰ ਕੇ ਲੋਕਾਂ ਨੂੰ ਨਸ਼ੇ ਦੀਆਂ ਗੋਲੀਆਂ ਵੇਚਦੇ ਸੀਗੇ। 170 ਗੋਲੀਆਂ ਨਸ਼ੇ ਦੀਆਂ ਟਰੋਮੋਡਲ ਇਹਨਾਂ ਤੋਂ ਰਿਕਵਰ ਹੋਈਆਂ ਸੀ, ਪਲੱਸ 4500 ਰੁਪਇਆ ਡਰੱਗ ਮਨੀ ਜਿਹੜੀ ਇਹਨੇ ਗੋਲੀਆਂ ਵੇਚੀਆਂ ਸੀਗੀਆਂ। ਇਹਨਾਂ ਦੇ ਖਿਲਾਫ਼ ਅਸੀਂ NDP ਸੈਕਟ ਦੇ ਤਹਿਤ 115 ਨੰਬਰ FIR ਕੱਲ੍ਹ ਲੇਟ ਓਵਰ ਦਰਜ ਕਰਤੀ ਸੀ, ਅਰੈਸਟ ਕਰ ਲਿਆ ਸੀ। ਅੱਜ ਮਾਨਜੋ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ। ਫਰਦਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਵੀ ਕਿੱਥੋਂ ਲੈ ਕੇ ਆਏ ਸੀਗੇ, ਕਦੋਂ ਦੇ ਇਹਦੇ ਨੈੱਟਵਰਕ 'ਚ ਹੋਰ ਕਿਹੜੇ ਕਿਹੜੇ ਬੰਦੇ ਜੁੜੇ ਹੈਗੇ ਜੀ। ਧੰਨਵਾਦ ਸਰ। ਕੀ ਇੱਥੇ ਕੁਝ ਹੋਰ ਮੈਡੀਕਲ ਵਾਲੇ ਵੀ ਹਨ ਜੋ ਇੱਦਾਂ ਦਾ ਘਿਨਾਉਣਾ ਕੰਮ ਕਰ ਰਹੇ ਹਨ? ਨਹੀਂ, ਅਜੇ ਤੱਕ ਸਾਡੇ ਧਿਆਨ ਵਿੱਚ ਨਹੀਂ ਆਏ ਆ, ਇਹ ਦੋਹੇ ਫੜੇ ਆ। ਫਰਦਰ ਨੇ ਤਾਂ ਪੁੱਛਗਿੱਛ ਕਰਾਂਗੇ, ਜੇ ਹੋਰ ਕਿਸੇ ਮੈਡੀਕਲ ਵਾਲੇ ਦੀ ਕੋਈ ਇਨਵੋਲਵਮੈਂਟ ਹੋਈ ਆ ਜਾਂ ਮਾੜਾ ਕੰਮ ਕਰਦੇ ਹੋਏ ਤਾਂ ਉਹਨੂੰ ਵੀ ਅਸੀਂ ਇਹਦੇ NDP ਸੈਕਟ ਤਹਿਤ ਬੁੱਕ ਕਰਾਂਗੇ। ਖਰੜ ਤੋਂ ਸਕਾਈ ਹੌਕ ਟਾਈਮਜ਼ ਲਈ ਸ਼ਮਿੰਦਰ ਸਿੰਘ ਦੀ ਰਿਪੋਰਟ।